ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। 1 ਜੂਨ ਤੋਂ ਲੈ ਕੇ 10 ਜੂਨ ਤੱਕ ਕਸ਼ਮੀਰ ਘੁੰਮਣ ਗਏ ਸੀਗੇ ਮੈਂ ਅਤੇ ਗੁਰਸਿਮਰਨ। ਸੋ ਬਲੌਗ ਬਣਾਉਣ ਅਤੇ ਬਲੌਗ ਨਾ ਪਾਉਣ ਦੇ ਯੂਟਿਊਬ ਚੈਨਲ 'ਤੇ 1-2 ਕਾਰਨ ਸੀਗੇ, ਉਹ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਸਭ ਤੋਂ ਵੱਡਾ ਕਾਰਨ ਤਾਂ ਇਹ ਸੀਗਾ ਕਿ ਸਾਡਾ ਪ੍ਰੋਗਰਾਮ ਸਾਰਾ ਬਣ ਗਿਆ ਸੀਗਾ, ਅਸੀਂ 1 ਤਰੀਕ ਨੂੰ ਇੱਥੋਂ ਨਿਕਲਣਾ ਸੀਗਾ ਅਤੇ ਮੈਂ ਮੋਗਿਓਂ ਗੁਰਸਿਮਰਨ ਨੂੰ ਲੈਣਾ ਸੀਗਾ 29 ਮਈ ਨੂੰ। ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਸਾਰਿਆਂ ਦੇ ਤੁਹਾਡੇ ਮੰਨੇ ਪਰਮੰਨੇ ਗਾਇਕ ਸਾਰਿਆਂ ਦੇ ਚਹੇਤੇ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ। ਹੁਣ ਮੈਂ ਚਾਹੇ ਉਹਦੀ ਵਿਚਾਰਧਾਰਾ ਨਾਲ ਇਤਫਾਕ ਰੱਖਦਾ ਚਾਹੇ ਨਹੀਂ ਰੱਖਦਾ, ਉਹਨੂੰ ਸੁਣਦਾ ਚਾਹੇ ਨਹੀਂ ਸੁਣਦਾ, ਪਰ ਐਡੀ ਵੱਡੀ ਹਸਤੀ ਦਾ ਦਿਨ ਦਿਹਾੜੇ ਕਤਲ ਹੋ ਜਾਣਾ ਸਾਰਿਆਂ ਲਈ ਇੱਕ ਵਾਰੀ ਸਦਮੇ ਵਰਗਾ ਸੀਗਾ, ਸਾਰਿਆਂ ਲਈ ਚਿੰਤਾਜਨਕ ਸੀ, ਦਰਦ ਭਰਿਆ ਵੀ ਸੀਗਾ, ਕਿਉਂਕਿ ਇੱਕ ਮਾਂ ਪਿਓ ਦਾ ਜਵਾਨ ਪੁੱਤ ਚਲਿਆ ਗਿਆ ਅਤੇ ਇੱਕ ਪੰਜਾਬ ਦਾ ਅਣਖੀ ਪੁੱਤ ਵੀ ਚਲਿਆ ਗਿਆ ਕਹਿ ਸਕਦੇ ਆਪਾਂ, ਕਿਉਂਕਿ ਹੁਣ ਸਾਰੇ ਹੀ ਕਹਿ ਰਹੇ ਆ ਕਿ ਵੀ ਇੱਦਾਂ ਦੇ ਗੀਤ ਉਹਨੇ ਗਾਏ ਜਿਹੜੇ ਕਿ ਪੰਜਾਬ ਦੀ ਅਣਖ ਨੂੰ ਸੰਬੋਧਨ ਕਰਦੇ ਸੀਗੇ। ਚਲੋ ਉਹ ਵੱਖਰੀ ਗੱਲ ਹੈ ਕਿ ਉਹਦੇ ਗੀਤ ਨਾ ਸੁਣਨੇ, ਉਹਦੀ ਵਿਚਾਰਧਾਰਾ ਦੇ ਕਾਇਲ ਨਾ ਹੋਣਾ ਉਹ ਵੱਖਰੀ ਗੱਲ ਹੈ, ਪਰ ਜਦੋਂ ਇਹ ਘਟਨਾ ਹੋਈ ਤਾਂ ਸਾਰੇ ਹੀ ਇੱਕਦਮ ਹੈਰਾਨ ਹੋਏ, ਹੈਰਾਨ ਵੀ ਕਾਹਦਾ ਹੋਏ ਵੀ ਇੱਕਦਮ ਸੁੰਨ ਜਿਹੇ ਹੋ ਗਏ। ਅਤੇ ਅਸੀਂ ਚੱਲ ਤਾਂ ਪਏ ਇੱਥੋਂ 1 ਤਰੀਕ ਨੂੰ, ਪਰ ਸੱਚ ਪੁੱਛੋ ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ ਜੀ, ਅਜੀਬ ਤਰ੍ਹਾਂ ਦੀ ਚੁੱਪ ਜੀ ਸੀਗੀ ਸਾਡੇ ਮਨਾਂ ਦੇ ਵਿੱਚ, ਦੋਨਾਂ ਦੇ ਵਿੱਚ, ਅਤੇ ਬਲੌਗ ਬਣਾਉਣ ਨੂੰ ਸਾਡਾ ਮਨ ਨਹੀਂ ਕੀਤਾ, ਉੱਥੇ ਪਾਉਣ ਨੂੰ ਵੀ ਮਨ ਨਹੀਂ ਕੀਤਾ, ਬਣਾਏ ਤਾਂ ਸੀਗੇ ਜਿੰਨੇ ਕੁ ਬਣਾਏ ਸੀਗੇ। ਸੋ ਇਹ ਵੱਡਾ ਕਾਰਨ ਸੀਗਾ ਕਿ ਅਸੀਂ ਨਾਲ ਦੇ ਨਾਲ ਬਲੌਗ ਨਹੀਂ ਪਾ ਸਕੇ। ਦੂਜਾ ਕਾਰਨ ਇਹ ਸੀ, ਜੇ ਤੁਸੀਂ ਕਸ਼ਮੀਰ ਜਾਂਦੇ ਹੋ, ਕਸ਼ਮੀਰ ਜਾ ਕੇ ਤੁਸੀਂ ਮੋਬਾਈਲ ਭੁੱਲ ਜਾਂਦੇ ਹੋ, ਕਿਉਂਕਿ ਕਸ਼ਮੀਰ ਸੋਹਣਾ ਹੀ ਇੰਨਾ ਹੈ, ਠੀਕ ਹੈ, ਤੁਸੀਂ ਚਾਹ ਕੇ ਵੀ ਉਹਦੀ ਬਹੁਤੀ ਜਿਹੜੀ ਖੂਬਸੂਰਤੀ ਆ ਵੀਡੀਓ ਵਿੱਚ ਕੈਦ ਨਹੀਂ ਕਰ ਸਕਦੇ ਗੇ। ਕਿਉਂ? ਕਿਉਂਕਿ ਤੁਸੀਂ ਸੋਚਦੇ ਹੋ ਕਿ ਇਹਨੂੰ ਅੱਖਾਂ ਦੇ ਵਿੱਚ ਹੀ ਕੈਦ ਨਹੀਂ ਕੀਤਾ ਜਾ ਸਕਦਾ, ਤਾਂ ਵੀਡੀਓ ਦੇ ਵਿੱਚ ਕਿਵੇਂ ਕੈਦ ਹੋ ਜੂਗੀ ਇਹ? ਪਰਮਾਤਮਾ ਦੀ ਬਦਾਈ, ਜਿਹੜੀ ਕੁਦਰਤ ਹੈ ਸਭ ਤੋਂ ਖੂਬਸੂਰਤ ਜਿਹੜੀ ਦੇਖਣ ਨੂੰ ਮਿਲਦੀ ਹੈ, ਵਿਲੱਖਣਤਾ ਮਿਲਦੀ ਹੈ, ਉਹ ਕਸ਼ਮੀਰ 'ਚ ਮਿਲਦੀ ਹੈ, ਹੁਣ ਤੁਹਾਨੂੰ ਕਿਤੇ ਨਹੀਂ ਮਿਲਦੀ। ਦੂਜਾ ਕਾਰਨ ਇਹ ਸੀਗਾ ਕਿ ਬੰਦਾ ਦੇਖਦਾ ਮੋਬਾਈਲ ਪਾਸੇ ਰੱਖਣਾ ਅਤੇ ਆਸੇ ਪਾਸੇ ਦੇਖਦਾ ਵੀ ਵਾਹ ਕਮਾਲ ਕਮਾਲ, ਕਹੇ ਤੋਂ ਬਿਨਾਂ ਤੁਸੀਂ ਨਹੀਂ ਰਹਿ ਸਕਦੇ ਕਿ ਜਿਵੇਂ ਫਿਰਦੌਸ ਨੇ ਵੀ ਕਿਹਾ ਵੀ ਜੇ ਧਰਤੀ 'ਤੇ ਕਿਤੇ ਸਵਰਗ ਹੈ ਤਾਂ ਉਹ ਇੱਥੇ ਹੀ ਹੈ। ਸੋ ਇਹ ਕਾਰਨ ਸੀਗੇ ਸਾਡੇ ਬਲੌਗ ਨਾਲ ਦੇ ਨਾਲ ਨਾ ਪਾਉਣ ਦੇ। ਉਮੀਦ ਕਰਦਾ ਕਿ ਜਿੰਨੇ ਵੀ ਅਸੀਂ ਬਲੌਗ ਬਣਾਏ, ਜਿੰਨੀ ਕੁ ਵੀਡੀਓ ਬਣਾਈ, ਕਿਉਂਕਿ ਟੁੱਟਵੀਂ ਬਣਾਈ ਹੈ, ਸਿਲਸਿਲੇਵਾਰ ਨਹੀਂ ਬਣਾਈ ਗਈ, ਜਿੱਥੇ ਜੀ ਕੀਤਾ ਉੱਥੇ ਬਣਾ ਲਈ ਅਸੀਂ, ਸਾਨੂੰ ਜਿੱਥੇ ਲੱਗਿਆ ਤਾਂ ਜਿੱਥੇ ਥੋੜ੍ਹਾ ਜਿਹਾ ਹੀਆ ਪਿਆ ਉੱਥੇ ਅਸੀਂ ਬਣਾ ਲਈ ਹੈ। ਸੋ ਸਿਲਸਿਲੇਵਾਰ ਨਹੀਂ ਮਿਲੂਗਾ ਬਲੌਗ, ਟੁੱਟਵਾਂ ਜਿਹਾ ਮਿਲੂਗਾ। ਉਮੀਦ ਕਰਦਾ ਵੀ ਤੁਸੀਂ ਇਹਨੂੰ ਪਿਆਰ ਦਿਓਗੇ, ਤੁਹਾਨੂੰ ਚੰਗਾ ਲੱਗੂਗਾ, ਠੀਕ ਹੈ। ਜੇ ਚੰਗਾ ਲੱਗਿਆ ਤਾਂ ਅੱਗੇ ਵੀ ਸ਼ੇਅਰ ਕਰਿਓ, ਠੀਕ ਹੈ, ਆਪਣੇ ਚੈਨਲ ਵੀ ਸਬਸਕ੍ਰਾਈਬ ਕਰਨ ਲਈ ਕਿਹੋ, ਅਤੇ ਆਉਂਦੇ ਸਮੇਂ ਦੇ ਵਿੱਚ ਆਪਾਂ ਹੋਰ ਯਾਤਰਾਵਾਂ 'ਤੇ ਇਕੱਠੇ ਚੱਲਦੇ ਰਹਾਂਗੇ ਨਾਲ। ਧੰਨਵਾਦ। ਬਨਿਹਾਲ ਲੰਘ ਕੇ ਭਾਰਤ ਮਾਲਾ ਜਿਹੜੀ ਟਨਲ ਹੈ ਉਹ ਟੱਪ ਕੇ ਕਸ਼ਮੀਰ ਸ਼੍ਰੀਨਗਰ ਇੱਥੋਂ 80 ਕਿਲੋਮੀਟਰ ਰਹਿ ਜਾਂਦਾ ਹੈ, ਅਤੇ ਇਹੋ ਜਿਹਾ ਦ੍ਰਿਸ਼ ਪੇਸ਼ ਕਰਦੀ ਹੈ ਵਾਦੀ। 4 ਲੇਨ ਹੋ ਜਾਂਦੀ ਹੈ ਸੜਕ, ਅਤੇ ਵਾਦੀ ਦੇ ਆਸੇ ਪਾਸੇ ਚਾਰੇ ਪਾਸੇ ਪਹਾੜ ਅਤੇ ਬਹੁਤ ਸੋਹਣਾ ਨਜ਼ਾਰਾ ਪੇਸ਼ ਹੁੰਦਾ। ਅੱਜ ਖੜ੍ਹੇ ਹਾਂ ਆਪਾਂ ਸ਼੍ਰੀਨਗਰ, ਸ਼੍ਰੀਨਗਰ ਦੇ ਗੁਰਦੁਆਰਾ ਛਠੀ ਪਾਤਸ਼ਾਹ ਜੀ, ਇੱਥੇ ਗੁਰੂ ਸਾਹਿਬ ਆਏ ਸੀ ਅਤੇ ਮਾਈ ਭਾਗ ਭਰੀ ਦਾ ਜਿਹੜਾ ਵਿਸਾਖੀ ਹੈ ਉਹ ਇੱਥੇ ਵਾਪਰੀ ਸੀਗੀ, ਮਾਈ ਭਾਗ ਭਰੀ ਦਾ ਉਧਾਰ ਕੀਤਾ ਸੀਗਾ ਗੁਰੂ ਸਾਹਿਬ ਨੇ। ਸੋ ਅੱਜ ਸ਼੍ਰੀਨਗਰ ਘੁੰਮਾਂਗੇ, ਅੱਜ ਅਸੀਂ ਪਹਿਲੇ ਦਿਨ ਦੂਜੇ ਦਿਨ ਪਹੁੰਚੇ ਸ਼੍ਰੀਨਗਰ, ਪਹਿਲਾਂ ਕੱਲ੍ਹ ਰੁਕੇ ਸੀ ਬਨਿਹਾਲ ਆਰਿਫ ਅਤੇ ਅਮਜ਼ਦ ਕੋਲ। ਆਹ ਗੁਰਦੁਆਰੇ ਦਾ ਲੰਗਰ ਹਾਲ ਦਾ ਗੇਟ ਹੈ ਜਿੱਥੋਂ ਮੈਂ ਨਿਕਲ ਰਿਹਾ, ਅਤੇ ਅੱਗੇ ਆਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ, ਆਹ ਗੁਰਦੁਆਰਾ ਸਾਹਿਬ ਦਾ ਗੇਟ ਹੈ, ਉਹ ਸਾਡੇ ਸਿੰਘ ਖੜ੍ਹੇ ਆ ਜਿਹੜੇ ਨਾਲ ਆਏ ਐਤ ਕੀ ਗੁਰਸਿਮਰਨ ਸਿੰਘ, ਅਤੇ ਹੁਣ ਆਪਾਂ ਚੱਲਦੇ ਹਾਂ ਜਾਮਾ ਮਸਜਿਦ ਨੂੰ। ਆ ਜਾਓ ਬਾਈ ਚੱਲੀਏ, ਇਹ ਦਰਵਾਜ਼ਾ ਜੀ ਜਾਮਾ ਮਸਜਿਦ ਨੂੰ ਜਾਂਦੇ ਹੋਏ, ਕਸ਼ਮੀਰ ਦਾ ਮੁਗਲ ਆਰਕੀਟੈਕਟ, ਕਮਾਲ ਹੈ, ਬੜਾ ਸੋਹਣਾ ਹੈ। ਇਹਦੇ ਨੂੰ ਚੱਲਾਂਗੇ ਆਪਾਂ, ਤੁਰ ਕੇ ਹੋ ਲਏ ਹਾਂ ਅਸੀਂ, ਕਿਉਂਕਿ ਇੱਥੋਂ 1.5 ਕਿਲੋਮੀਟਰ ਹੀ ਹੈ, ਸੋ 1.5 ਕਿਲੋਮੀਟਰ ਹੋਣ ਕਰਕੇ ਅਸੀਂ ਸੋਚਿਆ ਵੀ ਕਿਉਂ ਨਾ ਤੁਰ ਕੇ ਜਾਇਆ ਜਾਵੇ। ਉੱਧਰੋਂ ਆਏ ਹਾਂ, ਉਹ ਗੁਰੂ ਸਾਹਿਬ ਗੁਰੂ ਘਰ ਦੇ ਦਰਸ਼ਨ ਦਿਦਾਰੇ। ਪੁਰਾਣੇ ਸ਼੍ਰੀਨਗਰ ਦੇ ਵਿੱਚ ਬਣੀ ਹੋਈ ਜਾਮਾ ਮਸਜਿਦ 1394 ਈਸਵੀ ਤੋਂ ਲੈ ਕੇ 1402 ਤੱਕ ਇਹ ਕੰਪਲੀਟ ਹੋਈ ਹੈ, ਅਤੇ ਪਰਸ਼ੀਅਨ ਅਤੇ ਬੋਧੀ ਆਰਕੀਟੈਕਟ ਦਾ ਨਮੂਨਾ, ਇਹ ਬਹੁਤ ਹੀ ਵਿਸ਼ਾਲ ਅਤੇ ਸੁੰਦਰ ਮਸਜਿਦ ਹੈ ਇਹ।
ਅਤੇ ਸਭ ਤੋਂ ਅਹਿਮ ਟੂਰਿਸਟ ਪਲੇਸ ਹੈ ਇਹ ਸ਼੍ਰੀਨਗਰ ਦਾ ਜਾਮਾ ਮਸਜਿਦ। ਸੁਲਤਾਨ ਸਿਕੰਦਰ ਨੇ ਜਾਮਾ ਮਸਜਿਦ ਵਾਂਗੂ ਇਹ ਵੀ 1395 ਦੇ ਵਿੱਚ ਬਣਾਈ ਸੀਗੀ ਮੀਰ ਸੈਯਦ ਅਲੀ ਹਮਦਾਨੀ ਦੀ ਯਾਦ ਵਿੱਚ। ਜਿਹੜੇ ਹਮਦਾਨੀ ਸਾਹਿਬ ਸੀਗੇ ਉਹ ਹਮਦਾਨ ਪਰਸ਼ੀਆ ਦੇ ਰਹਿਣ ਵਾਲੇ ਸੀਗੇ ਅਤੇ ਉਹਨਾਂ ਨੇ ਇਹ 14ਵੀਂ ਸਦੀ ਦੇ ਵਿੱਚ ਇਸਲਾਮ ਨੂੰ ਫੈਲਾਇਆ ਸੀਗਾ ਕਸ਼ਮੀਰ ਦੇ ਵਿੱਚ। ਇਹ ਸਾਰੀ ਹੀ ਮਸਜਿਦ ਜਿਹੜੀ ਹੈਗੀ ਹੈ ਖਾਨਕਾਹ ਮੌਲਾ ਲੱਕੜ ਦੀ ਅਤੇ ਕਾਗਜ਼ ਦੇ ਲੁਗਦੇ ਦੀ, ਮਤਲਬ ਕਾਗਜ਼ ਨੂੰ ਭਿਉਂ ਕੇ ਉਹਨੂੰ ਬਣਾ ਕੇ ਗੂੰਦ ਦੀ ਤਰ੍ਹਾਂ ਉਹਦੇ ਨਾਲ ਬਣਾਈ ਗਈ ਹੈ ਲੱਕੜ ਦੀ, ਬਹੁਤ ਸੋਹਣੀ ਹੈ। ਜਦੋਂ ਕਸ਼ਮੀਰ ਦਾ ਨਾਂ ਲੈਂਦੇ ਹਾਂ ਤਾਂ ਸਾਡੇ ਸਾਹਮਣੇ ਪਹਾੜ, ਵਾਦੀਆਂ ਅਤੇ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ, ਡਲ ਝੀਲ। ਸੋ ਡਲ ਝੀਲ ਬਿਨਾਂ ਸ਼੍ਰੀਨਗਰ ਦੀ ਕਲਪਨਾ ਕਰਨੀ ਨਾਮੁਮਕਿਨ ਹੈ। ਅਤੇ ਜੇ ਡਲ ਝੀਲ ਨੂੰ ਆਪਾਂ ਸ਼੍ਰੀਨਗਰ ਦੀ ਸਾਰਾ ਕਹਿ ਦਈਏ ਤਾਂ ਉਹ ਵੀ ਕੋਈ ਅਦਕਤ ਨਹੀਂ। ਸਾਰੀ ਜ਼ਿੰਦਗੀ ਇਹਨਾਂ ਦੀ ਇੱਥੇ ਬਸਰ ਰਹੀ ਹੈ, ਸਾਰੀ ਜ਼ਿੰਦਗੀ ਇਹਨਾਂ ਦੀ ਇੱਥੇ ਧੜਕ ਰਹੀ ਹੈ। ਆਪਾਂ ਬੈਠੇ ਹਾਂ ਜੀ ਮੁਗਲ ਬਾਗ ਦੇ ਵਿੱਚ, ਸ਼ਾਲੀਮਾਰ ਬਾਗ ਦੇ ਵਿੱਚ ਬੈਠੇ ਹਾਂ। ਸ਼੍ਰੀਨਗਰ ਦੇ ਵਿੱਚ ਬਾਗਾਂ ਦੀ ਲੜੀ ਵਿੱਚ ਇੱਕ ਬਾਗ ਆ ਬਹੁਤ ਸੋਹਣਾ, ਇਹਨੂੰ ਬਣਾਇਆ ਹੈਗਾ ਮੁਗਲ ਬਾਦਸ਼ਾਹ ਜਹਾਂਗੀਰ ਨੇ ਆਪਣੀ ਪਤਨੀ ਆਪਣੀ ਬੇਗਮ ਨੂਰ ਜਹਾਂ ਦੀ ਯਾਦ ਵਿੱਚ 1619 ਦੇ ਵਿੱਚ। ਅਤੇ ਜਿਹੜੇ ਆਹ ਇਮਾਰਤ ਦੇਖ ਰਹੇ ਹੋ ਇਹ ਇੱਕ ਮੰਡਪ ਹੈ, ਪਵੀਲੀਅਨ ਹੈ ਜਿਹੜਾ ਵਿਚਾਲੇ ਬੈਠਣ ਨੂੰ ਬਣਾਇਆ ਗਿਆ ਅਤੇ ਉੱਧਰ ਪਾਣੀ ਦੀ ਧਾਰ ਆਉਂਦੀ ਹੈ। ਇਸ ਮੰਡਪ ਨੂੰ ਸਿੱਖ ਰਾਜ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜੇ ਕਿ ਅੰਗਰੇਜ਼ ਆਉਂਦੇ ਸੀ ਉਹਨਾਂ ਨਾਲ ਮੁਲਾਕਾਤ ਦਾ ਜਾਂ ਉਹਨਾਂ ਨੂੰ ਠਹਿਰਾਉਣ ਦੇ ਲਈ ਵਰਤਿਆ ਜਾਂਦਾ ਸੀਗਾ। ਇਹ ਸਾਰੇ ਬਾਗ ਦੇ ਵਿੱਚ ਆਸੇ ਪਾਸੇ ਤੁਹਾਨੂੰ ਬੂਟੇ ਫੁੱਲ ਅਤੇ ਫਲਾਂ ਦੇ ਬੂਟੇ ਲੱਗੇ ਦਿਸਣਗੇ ਅਤੇ ਇੱਥੇ ਸਾਰਾ ਜਿਹੜਾ ਮੁਗਲ ਆਰਕੀਟੈਕਟ ਆ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ। ਹੁਣ ਇਹ ਲੋਕਾਂ ਦੇ ਵਾਸਤੇ ਇੱਕ ਪਿਕਨਿਕ ਸਪੋਟ ਆ, ਮਤਲਬ ਹੁਣ ਸਿਰਫ ਉਹਦੇ ਲਈ ਵਰਤਿਆ ਜਾਂਦਾ। 24 ਰੁਪਏ ਟਿਕਟ ਹੈ ਇਹਦੀ ਅਤੇ ਜਿਹੜੀ ਪਾਣੀ ਦੀ ਧਾਰ ਉਹ ਪਿੱਛੋਂ ਆਉਂਦੀ ਹੈ, ਕੁਦਰਤੀ ਸਰੋਤ ਆ ਪਾਣੀ ਦਾ, ਮਤਲਬ ਉੱਥੋਂ ਉਹ ਵਗਦੀ ਹੈ ਅਤੇ ਸਾਰੇ ਇਸ ਬਾਗ ਦੇ ਵੀ ਦੀ ਨਿਕਲਦੀ ਹੈ। ਅਤੇ ਦੋਸਤੋ ਅੱਜ ਆਪਣੇ ਕਸ਼ਮੀਰ ਵਾਦੀ ਵਿੱਚ 2 ਦਿਨ ਹੋ ਗਏ ਹੈ ਅਤੇ ਕੱਲ੍ਹ ਨੂੰ ਆਪਾਂ ਨਵੇਂ ਸਫ਼ਰ 'ਤੇ ਕਸ਼ਮੀਰ ਦੇ ਮਿਲਦੇ ਹਾਂ 3ਜੇ ਦਿਨ।